ਸਰੀਆ ਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਇਸ ਮੁਲਕ ਤੋਂ ਅੰਤਰਰਾਸ਼ਟਰੀ ਫਲਾਈਟਾਂ ਬਾਰੇ ਆਈ ਵੱਡੀ ਖਬਰ ਹੋਇਆ ਇਹ ਵੱਡਾ ਲਾਂ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਨਾਲ ਹੀ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਇਸ ਦਾ ਲਿੰਕ ਡਿਸਕ੍ਰਿਪਸ਼ਨਸ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਮੌਜੂਦਾ ਸਮੇਂ ਦੇ ਹਾਲਾਤਾਂ ਤੇ ਜੇਕਰ ਨਿਗਾਹ ਮਾਰੀ ਜਾਵੇ ਤਾਂ ਇਸ ਸਮੇਂ ਹਰ ਇੱਕ ਦੇਸ਼ ਦਾ ਤਾਣਾ ਬਾਣਾ ਬੁਰੀ ਤਰ੍ਹਾਂ ਉਜਲਿਆ ਪਿਆ ਹੈ ਹਰ ਇੱਕ ਦੇਸ਼ ਇਸ ਸਮੱਸਿਆ ਇੱਕ ਵੱਡੀ ਬਿਮਾਰੀ ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਇਸ ਬਿਮਾਰੀ ਨੇ ਕਰੋੜਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਰੱਖਿਆ ਹੋਇਆ ਹੈ ਅਤੇ ਆਏ ਦਿਨ ਇਸ ਬਿਮਾਰੀ ਦੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪ੍ਰਭਾਵਿਤ ਹੋ ਰਹੇ ਨੇ ਸਾਲ 2020 ਤੋਂ ਇਸ ਬਿਮਾਰੀ ਦੀ ਵਜ੍ਹਾ ਨਾਲ ਪੂਰਾ ਸੰਸਾਰ ਇੱਕ ਤਰ੍ਹਾਂ ਘੜੋ ਗਿਆ ਸੀ ਪਰ ਹੌਲੀ-ਹੌਲੀ ਸਮਾਪਾਕਤ ਸਥਿਤੀ ਨੂੰ ਮੁੜ ਤੋਂ ਪਹਿਲਾ ਵਾਂਗ ਕਰਨ ਦੀ ਕੋਸ਼ਿਸ਼ ਜਾਰੀ ਨੇ ਇਸ ਦੇ ਤੱਤ ਵੱਖ-ਵੱਖ ਦੇਸ਼ ਕਰੋਨਾ ਵਾਇਰਸ ਦੀ ਬਿਮਾਰੀ ਦੇ ਪ੍ਰਸਾਰ ਨੂੰ ਦੇਖਦੇ ਹੋਏ ਬੰਦ ਕੀਤੀਆਂ ਇਹ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਦੇ ਲਈ ਯੋਜਨਾਵਾਂ ਉਲੀਕ ਰਹੇ ਹਾਂ ਵਿਸ਼ਵ ਦੇ तमाम ਦੇਸ਼ਾਂ ਦੇ ਨਾਲ ਸਾਂਉਂਦੀ ਅਰਬ ਦੇ ਵੀ ਕਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਡਾਨਾ ਉੱਪਰ پابੰਦੀ ਲਗਾ ਦਿੱਤੀ ਗਈ ਹੈ ਪਾਰ ਹੁਣ ਸਾਊਦੀ ਅਰਬ ਦੇ ਹਵਾਬਾਜ਼ੀ ਮੰਤਰੀ ਸਲਾਹ ਅਲ ਜਸਰ ਨੇ ਇਹਨਾਂ ਉਡਾਣਾਂ ਨੂੰ 17 ਮਈ ਤੋਂ ਮੁੜ ਸ਼ੁਰੂ ਕਰਨ ਵਾਸਤੇ ਸਾਊਦੀ 에ਅਰਲਾਈਨਜ਼ ਦੀ ਨਿਰਦੇਸ਼ ਪਾਤਰੀ ਦੇ ਨਾਲ ਇੱਕ ਬੈਠਕ ਦੀ ਗਵਾਹੀ ਕੀਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੀਟਿੰਗ ਦੌਰਾਨ ਸਮੁੰਦਰੀ ਹਵਾ ਅਤੇ ਜ਼ਮੀਨੀ ਰਸਤੇ ذریعے ਯਾਤਰਾ ਉੱਪਰ ਲਗਾਏ ਗਏ ਆ ਪਾਬੰਦੀਆਂ ਤੋਂ ਰਾਹਤ ਮਿਲ ਸਕਦੀ ਹੈ ਇਸ ਦੇ ਨਾਲ ਹੀ ਇਸ ਮੀਟਿੰਗ ਦੇ ਵਿਚਾਵਾਬਾਜ਼ੀ ਮੰਤਰੀ ਨੇ ਕਰੇਲੂ ਡਾਨਾ ਨੂੰ ਸੁਚਾਰੂ ਢੰਗ ਦੇ ਨਾਲ ਚਲਾਏ ਜਾਣ ਦੇ ਲਈ ਕੀਤੀ ਗਈ ਇਤਨਾ ਦਾ ਧੰਨਵਾਦ ਵੀ ਕੀਤਾ ਇਸ ਮੀਟਿੰਗ ਤੋਂ ਬਾਅਦ ਲੱਗਦਾ ਹੈ ਕਿ ਹੁਣ ਇੱਕ ਵਾਰ ਮੁਰ ਤੋਂ ਸਾウਦੀ ਅਰਬ ਜਾਣ ਤੇ ਚਾਹਵਾਂ ਲੋਕ ਹਵਾਈ ਮਾਰਗ ਰਾਹੀਂ ਉੱਥੇ ਜਾ ਸਕਣਗੇ ਕਿਉਂਕਿ ਪਾਰੀਗਿਨਤੀ ਦੇ ਵਿੱਚ ਕੰਮ ਕਾਜ ਵਾਸਤੇ ਖਾਸ ਕਰਕੇ ਮਜ਼ਦੂਰ ਤਬਕੇ ਦੇ ਲੋਕ ਸਾਊਦੀ ਅਰਬ ਜਾਂਦੇ ਹਨ ਇਸ ਮੀਟਿੰਗ ਦੁਆਰਾ ਲਏ ਗਏ ਫੈਸਲੇ ਉੱਪਰ ਇੱਕ ਵਿਅਕਤੀ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਦੁਬਈ ਉਹਨਾਂ ਦੇ ਉੱਚ ਸੁਰੱਖਿਆ ਮਾਪਦੰਡਾ ਦੇ ਵਿੱਚ ਇੱਕ ਹੋਣ ਕਾਰਨ ਉਹ ਇਸ ਹਟਾਈ ਗਈ ਪਾਬੰਦੀ ਤੋਂ ਬਾਅਦ ਇੱਥੇ ਯਾਤਰਾ ਜ਼ਰੂਰ ਕਰਨਗੇ ਖਬਰ ਨੂੰ ਆਸਤੱਕ ਦੇਖਣ ਲਈ ਤੁਹਾਡਾ ਬੋਧ